ਪਸਤਕ ਮਾਤਾ ਮਹਿਤਾਬ ਕੌਰ ਤੇ ਭਗਤਪੂਰਨ ਸਿੰਘ ਦਾ ਵਿਸ਼ਾ ਹੈ ਵਿਯੋਗ ਸੰਜੋਗ ਬੀਬੀ ਮਹਿਤਾਬ ਕੌਰ ਆਪਣੀ ਭੈਣ ਤੋਂ ਦੂਜੀ ਥਾਂ ਸੀ ਪਰ ਉਹਦੇ ਕੱਦ ਦੀ ਸਾਰੇ ਪਿੰਡ 'ਚ ਕੋਈ ਲੜਕੀ ਨਹੀਂ ਸੀ ਉਸ ਸੇਤ ਤੇ ਸੁੰਦਰਤਾ 'ਚ ਆਪਣੇ ਵਰਗੀ ਆਪ ਹੀ ਸੀ ਕੰਮਕਾਰ ਤੇ ਸਲਾਈ ਕਢਾਈ 'ਚ ਸੁਚੱਜ ਜੀ ਸੀ ਮਹਿਤਾਬ ਰੱਬ ਦੇ ਘਰੋਂ ਸਭ ਕੁਝ ਚੰਗਾ ਲੈ ਕੇ ਆਈ ਸੀ ਲਾਵਾ ਵੇਲੇ ਜਾਂਜੀਆਂ ਤੇ ਮਾਂਜੀਆਂ ਨੇ ਵੇਖਿਆ ਤੇ ਆਖਿਆ ਇਹਨੂੰ ਕਹਿੰਦੇ ਆ ਜੋੜੀ ਅਰੇ ਹੋ ਜੀਆਂ ਜੋੜੀਆਂ ਜਗਤ 'ਚ ਥੋੜੀਆਂ ਹੁੰਦੀਆਂ। ਕਹਿੰਦੇ ਵਿਦਮਤਾ ਪੂਰੀ ਤਰ੍ਹਾਂ ਸੁਚੇਤ ਹੋ ਕੇ ਜੋੜੀਆਂ ਨੂੰ ਸਰਾਪ ਦੇਂਦੀ ਜਾਂਦੀ ਐ। ਚੰਗੀ ਮੰਦਾ ਚੰਗਾ ਮੰਦੀ ਚੰਗੀ ਮੰਦਾ ਚੰਗਾ ਮੰਦੀ ਮੰਦੀ ਚੰਗਾ ਚੰਗਾ ਮੰਦੀ। ਕਿਸੇ ਵੇਲੇ ਬੇਤਿਆਨੀ 'ਚ ਉਹਦੇ ਮੂੰਹ ਚੰਗਾ ਚੰਗੀ ਨਿਕਲ ਜਾਂਦਾ ਐ। ਸ਼ੰਕਾ ਕਰਨ ਵਾਲੇ ਪਿਓ ਦਾ ਕੁਲਾ ਉਤਾਰ ਦਿੰਦੇ ਐ। ਵਿਦਮਤਾ ਨੂੰ ਮਾਤਾ ਕਹਿਣਾ ਮਾਤਾ ਸ਼ਬਦ ਦਾ ਨਿਰਾਦਰ ਕਰਨਾ ਐ। ਖੁਦਾ ਨਾਮ ਤਾਂ ਮਨੁੱਖਾਂ ਦੀ ਵੈਰਣ ਰੱਖਣਾ ਚਾਹੀਦਾ ਐ। ਉੱਤਰਦਾਤਾ ਸ਼ੰਕਾਵਾਦੀਆਂ ਤੋਂ ਉੱਪਰ ਦੀ ਹੋ ਕੇ ਚੱਲਦੇ ਹਨ ਉਹ ਕਹਿੰਦੇ ਹਨ ਲੋਹੇ ਨੂੰ ਤਾਰਨ ਲਈ ਲੱਕੜੀ ਦੀ ਲੋੜ ਹੁੰਦੀ ਹੈ ਇੱਕ ਚੰਗਾ ਹੋਏਗਾ ਤਾਂ ਉਹ ਆਪਣੇ ਮੰਦੇ ਸਾਥੀ ਨੂੰ ਵੀ ਤਾਰ ਲਏਗਾ ਤੇ ਜੇ ਦੋਵੇਂ ਹੀ ਭੜੇ ਹੋਣਗੇ ਤਾਂ ਸਤਿਆਨਾਸ਼ ਹੋਏਗਾ ਮਹਿਤਾਬ ਕੌਰ ਵੇਲੇ ਵਿਦਮਤਾ ਦੇ ਮੂੰਹ ਤੋਂ ਚੰਗਾ ਚੰਗੇ ਨਿਕਲ ਗਿਆ ਪਰ ਉਹਦੀ ਗਲਤੀ ਨੂੰ ਮੌਤ ਨੇ ਸੁਧਾਰ ਦਿੱਤਾ ਮਹਿਤਾਬ ਕੌਰ ਲਾਵਾਂ ਦੀ ਚੋਰ ਬਣ ਗਈ ਉਹਦਾ ਸੁਹਾਗ ਕਾਲ ਚਲਾਣਾ ਕਰ ਗਿਆ ਅਣਹੋਣੀ ਹੋ ਗਈ ਦੋਹਾਂ ਪਾਸਿਆਂ ਤੋਂ ਮਕਾਨਾ ਆਈਆਂ ਗਈਆਂ ਪੁੱਤਰ ਵਾਲਿਆਂ ਨੇ ਕਿਹਾ ਅਸੀਂ ਮੰਦਕਰਮੀ ਸਾਂ ਸਾਡੇ ਵੇੜੇ ਨੇ ਸੁਲੱਖਣਾ ਨਹੀਂ ਸੀ ਹੋਣਾ ਧੀ ਵਾਲੇ ਕਹਿਣ ਜ਼ਿੰਦਗੀ ਭਰ ਮਹਿਤਾਬ ਬੇਟੀ ਅੰਧੇਰੇ ਖੂਚ ਡੁੱਬ ਗਈ ਮਹਿਤਾਬ ਕੋਰ ਗੁੰਮ ਹੋ ਕੇ ਬੈਠ ਗਈ ਉਹਦਾ ਛਣਕ ਦਾ ਖਾਸਾ ਗਵਾਚ ਗਿਆ ਉਹਦੀ ਉੱਠਦੀ ਅੱਡੀ ਬੈਠ ਗਈ ਮਹਿਤਾਬ ਦੀ ਮਾਂ ਨੇ ਕਿਹਾ ਮੈਂ ਤਾਂ ਕੁੜੀ ਦੇ ਸਾਹਮਣੇ ਨਹੀਂ ਜਾਂਦੀ ਉਹਨੂੰ ਤਰਵਾਸ ਤਾਂ ਦੇ ਵਾਂ ਜੇ ਮੇਰੇ ਆਪਣੇ ਚ ਤਰਵਾਸ ਹੋਵੇ ਪਤੀ ਨੇ ਕਿਹਾ ਭਗਵਾਨ ਨੇ ਤਰਵਾਸ ਅੰਦਰੋਂ ਜਨਮ ਧਾਰਦਾ ਹੈ ਇਹ ਰੋਟੀ ਵਾਂਗ ਬਾਹਰੋਂ ਨਹੀਂ ਖਾਦਾ ਜਾਂਦਾ ਜ਼ਖਮ ਫੂਕਾਂ ਨਾਲ ਤੇ ਪੱਟੀਆਂ ਕਰਨ ਨਾਲ ਨਹੀਂ ਭਰਦੇ ਜ਼ਖਮਾਂ ਨੂੰ ਅੰਗੂਰ ਅੰਦਰੋਂ ਆਉਂਦਾ ਹੈ ਸਭ ਤੋਂ ਵੱਡਾ ਡਾਕਟਰ ਸਮਾਂ ਹੈ ਬਹੁਤਾ ਘਬਰਾ ਨਾ ਸਮੇ ਨੂੰ ਦੇਖ ਤੂੰ ਇੱਕ ਕੰਮ ਕਰ ਮਹਿਤਾਬ ਨੂੰ ਭੁੱਖੀ ਪਿਆਸੀ ਨਾ ਰਹਿਣ ਦੇ ਰੋਟੀ ਲੈ ਕੇ ਬੈਠ ਜਾਇਆ ਕਰ ਉਹਨੂੰ ਕਿਆ ਕਰ ਜੇ ਤੂੰ ਖਾਏਂਗੀ ਤਾਈ ਮਹਿਮੂ ਚ ਗਰਾਈ ਪਾਵਾਂਗੀ ਧੀਆਂ ਦੀ ਜਾਨ ਮਾਵਾਂ ਚ ਹੁੰਦੀ ਹੈ ਆਪ ਮਰ ਸਕਦੀਆਂ ਮਾਵਾਂ ਨੂੰ ਨਹੀਂ ਮਰਨ ਦਿੰਦੀਆਂ ਕੁਝ ਮਹੀਨਿਆਂ ਪਿੱਛੋਂ ਮਾਂ ਨੇ ਫੇਰ ਕੇ ਮੈਂ ਆਖਿਆ ਸੀ ਮਹਿਤਾਬ ਆਪਣੇ ਸਰੀਰ ਵੱਲੋਂ ਬੜੀ ਬੇਪਰਵਾਹ ਹੈ ਮੇਰੀ ਮੱਖਣਾ ਨਾਲ ਪਾਲੀ ਕੁੜੀ ਵੇਖੀ ਨਹੀਂ ਜਾਂਦੀ ਤੇ ਉਹਦੀ ਖਾਂਚ ਕੋਈ ਰੁਚੀ ਨਹੀਂ ਰਹਿ ਗਈ ਹਫਤਾ ਹਫਤਾ ਪਰ ਗੰਗੀ ਨਹੀਂ ਫੇਰਦੀ ਤੇ ਜੇ ਮੈਂ ਦੰਤਣ ਸੱਕ ਕਰਨ ਲਈ ਆਖਾਂ ਤਾਂ ਕਹੇਗੀ ਮੈਂ ਝੂਲੀ ਕਰ ਲੈਣੀ ਆ ਪਹਿਲਾਂ ਦੰਦਾਸੇ ਬਿਨਾਂ ਨਹੀਂ ਰਹਿੰਦੀ ਸੀ ਹੁਣ ਦੰਦਾਸੇ ਤੋਂ ਨਫ਼ਰਤ ਕਰਨ ਲੱਗ ਪਈ ਐ ਪਤੀ ਨੇ ਕਿਹਾ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ ਮੈਂ ਆਪਣੀ ਪੁੱਤਰੀ ਨੂੰ ਨਿਰਾਸ਼ਾ ਦੇਖੂ ਚ ਨਹੀਂ ਡਿਗੰਦੇਣਾ ਇੱਕ ਦਿਨ ਪਿਤਾ ਨੇ ਸਮਾਂ ਵੇਖ ਕੇ ਆਪਣੀ ਬੇਟੀ ਨੂੰ ਕੋਲ ਬਿਠਾ ਕੇ ਕਿਹਾ ਬੇਟੀ ਸਿਆਣੀ ਕਹਿੰਦੇ ਆ ਧੀਆਂ ਪੇਟ ਸੁਖਾਉਂਦੀਆਂ ਬਾਪ ਦੇ ਵੇੜੇ 'ਚ ਨਹੀਂ ਸੁਖਾਉਂਦੀਆਂ ਤੌਣੀ ਨਹੀਂ ਸੁਖਾਉਂਦੀਆਂ ਮਹਤਾਬ ਪਿਓ ਦੀ ਬੜੀ लाਡਲੀ ਸੀ ਤੇ ਪਿਤਾ ਨਾਲ ਗੱਲਾਂ ਕਰਨ ਵਿੱਚ ਉਹਨੂੰ ਕੋਈ ਝਾਕਾ ਨਹੀਂ ਸੀ ਬੋਲੀ ਪਿਤਾ ਜੀ ਤੁਸੀਂ ਤਾਂ ਆਪਣੇ ਵੇੜੇ 'ਚੋਂ 1 ਸਾਲ ਪਹਿਲਾਂ ਕੱਢ ਦਿੱਤਾ ਸੀ ਤੇ ਜੇ ਕੁਦਰਤ ਨਹੀਂ ਮੈਨੂੰ ਫਿਰ ਰਾਜੇ ਬਾਬਲ ਦਾ ਵੇੜਾ ਬਖਸ਼ਿਆ ਫਿਰ ਤੁਸੀਂ ਇਹਨੂੰ ਕਿਉਂ ਨਹੀਂ ਪਰਵਾਨ ਕਰਦੇ ਜਿੰਨਾ ਮੇਰੀ ਕਿਸਮਤ ਚ ਸੁਹਾਗ ਲਿਖਿਆ ਸੀ ਮੈਂ ਖੁਸ਼ੀ ਨਾਲ ਚਾਰ ਲਾਵਾਂ ਲੈ ਕੇ ਭੋਗ ਲਿਆ ਮੈਨੂੰ ਹੋਰ ਲੋੜ ਨਹੀਂ ਪਿਤਾ ਨੇ ਕਿਹਾ ਬੇਟੀ ਕਰਮ ਭੋਗ ਬੜੀ ਗੁੰਝਲਦਾਰ ਵਸਤੂ ਹੈ ਇਹ ਹਮੇਸ਼ਾ ਆਪਣੇ ਅੰਧੇਰੇ ਚ ਟਕਦਾ ਹੈ ਇਹਨੂੰ ਪੀਰ ਪੈਗੰਬਰ ਨਹੀਂ ਜਾਣ ਸਕਦੇ ਤੂੰ ਤੇ ਅਜੇ ਕੱਲ ਦੀ ਦੁੱਧ ਚੁੰਗਦੀ ਬੱਚੀ ਹੈ ਮੈਂ ਸਿੱਖਾਂ ਤੂੰ ਵੀ ਇੱਕ ਸਿੱਖ ਮਾਂ ਪਿਓ ਦੀ ਧੀ ਹੈ ਅਸੀਂ ਗੁਰੂ ਜੀ ਦੇ ਪਾਇ ਪੂਰਨਿਆਂ ਤੇ ਚੱਲਣਾ ਹੈ ਬਾਣਾ ਬੜਾ ਕੌੜਾ ਤੇ ਪੀੜਾਂ ਭਰਿਆ ਹੁੰਦਾ ਹੈ ਪਰ ਗੁਰੂ ਨੇ ਸਾਨੂੰ ਮਿੱਠਾ ਕਰਕੇ ਮੰਨਣ ਦਾ ਹੁਕਮ ਦਿੱਤਾ ਸਰੀਰ ਭੋਗਣ ਵਾਲਾ ਵੀ ਹੈ ਤੇ ਆਤਮ ਵੀ ਇੱਕ ਭੋਗ ਹੈ ਜਦੋਂ ਸਰੀਰ ਆਪਣੇ ਭੋਗ ਭੋਗ ਲਵੇ ਫਿਰ ਇਹ ਖਤਮ ਹੋ ਜਾਂਦਾ ਹੈ ਇਹ ਜਿਉਂਦਾ ਹੀ ਆਪਣੇ ਭੋਗ ਭੋਗਣ ਲਈ ਹੈ ਕਈ ਧਰਮ ਐਸੇ ਹਨ ਜਿਹੜੇ ਪਹਿਲੇ ਸੰਜੋਗ ਨੂੰ ਆਤਮ ਅੰਤਮ ਸੰਜੋਗ ਮੰਨਦੇ ਹਨ ਉਹਨਾਂ ਦੀਆਂ ਬੱਚੀਆਂ ਸਾਰੀ ਉਮਰ ਪਹਿਲੇ ਸੁਹਾਗ ਦੇ श्राप ਦੀ ਮੁਸੀਬਤ ਚੱਕਦੀਆਂ ਹਨ ਉਹ ਸਾਰੀ ਉਮਰ ਚੰਗਾ ਕੱਪੜਾ ਨਹੀਂ ਪਾ ਸਕਦੀਆਂ ਖੁਸ਼ੀ ਦੇ ਸਮਾਗਮ 'ਚ ਉਹਨਾਂ ਦਾ ਜਾਣਾ ਬਦਸ਼ਗ ਨਹੀਂ ਮੰਨੀ ਜਾਂਦੀ ਹੈ ਸਾਰੀ ਉਮਰ ਮਰਦਾ ਬਣ ਕੇ ਕੱਟਣੀ ਪੈਂਦੀ ਹੈ ਪਰ ਗੁਰੂ ਅਮਰਦਾਸ ਜੀ ਨੇ ਇਸ ਪਰੰਪਰਾ ਨੂੰ ਤੋੜਿਆ ਤੇ ਵਿਧਵਾਵਾਂ ਨੂੰ ਸੁਭਾਗ ਸੁਹਾਗਵੰਤੀ ਬਣਾ ਦਿੱਤਾ ਉਤੇ ਜ਼ਾਲਮ ਇਸਤਰੀ ਨੂੰ ਸਾੜ ਕੇ ਸਤੀ ਦਾ ਦਰਜਾ ਦਿੰਦੇ ਸਨ ਮਹਿਤਾਬ ਗੰਭੀਰ ਹੋ ਗਈ ਹੈਰਾਨ ਸੀ ਮੇਰਾ ਚੁੱਪਚਾਪੀਤਾ ਪਿਓ ਕਿੰਨਾ ਕੁਝ ਆਪਣੇ ਕਾਲਜੇ ਚ ਦੱਬੇ ਬੈਠਾ ਸੀ ਮਹਿਤਾਬ ਨੇ ਕਿਹਾ ਕਿ ਮੇਰੇ ਘਰ ਕੇ ਮੇਰੇ ਰਾਜੇ ਬਾਬਲ ਨੂੰ ਕੋਈ ਉਲੰਭਾ ਹੈ ਕਿ ਮੇਰੇ ਜੋਗੀ ਮੇਰੇ ਰਾਜੇ ਬਾਬਲ ਦੇ ਘਰ ਰੋਟੀ ਨਹੀਂ ਮਹਤਾਬ ਨੂੰ ਗੱਲ ਲਾ ਕੇ ਪਿਤਾ ਨੇ ਕਿਹਾ ਜਿਸ ਨਸੀਬਾਂ ਵਾਲੇ ਪਾਪ ਦੇ ਘਰ ਬੱਚੇ ਪੈਦਾ ਹੁੰਦੇ ਹਨ ਦੁਨੀਆ ਕੋਲ ਉਹਨਾਂ ਨੂੰ ਉਲੰਭੇ ਦੇਣ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਜੀਉਂਦੇ ਬੱਚਿਆਂ ਦੇ ਉਲੰਭੇ ਆਉਣੇ ਚਾਹੀਦੇ ਹਨ ਇਹ ਜੀਉਂਦਿਆਂ ਦੀ ਨਿਸ਼ਾਨੀ ਹੈ ਆਪਣੇ ਰਾਹ ਚੁਣਨ ਦੀ ਦਲੇਰੀ ਹੈ ਮੈਂ ਬੜਾ ਖੁਸ਼ ਹਾਂ ਜੇ ਮੇਰੀ ਬੇਟੀ ਇਹੋ ਜੀ ਦਲੇਰੀ ਦੀ ਮਿਸਾਲ ਕਾਇਮ ਕਰਕੇ ਦੱਸੇ ਮਹਤਾਬ ਮੁੜ ਮੁੜ ਕੇ ਹੈਰਾਨੀ ਨਾਲ ਆਪਣੇ ਪਿਤਾ ਜੀ ਦੇ ਮੂੰਹ ਹਲ ਦੇਖ ਰਹੀ ਸੀ ਸੋਚ ਰਹੀ ਸੀ ਮਾਪਿਆਂ ਦਾ ਆਪਣੇ ਬੱਚਿਆਂ ਲਈ ਕਿੰਨਾ ਵੱਡਾ ਤੇ ਖੁੱਲਾ ਦਿਲ ਹੁੰਦਾ ਹੈ ਮੈਂ ਤਾਂ ਬੋਲੀ ਪਿਤਾ ਜੀ ਤੁਹਾਡੀ ਗੋਲੀ ਧੀ ਦਲੇਰ ਨਹੀਂ ਬਣ ਸਕਦੀ ਮੈਂ ਬਹਾਦਰ ਬਾਪ ਦੀ ਡਰਪੋਕ ਬੱਚੀ ਹਾਂ ਮੈਨੂੰ ਬੁਜਦਿਲ ਹੋਣ ਤੇ ਫਖਰ ਹੈ ਪਿਤਾ ਜੀ ਨੇ ਫਿਰ ਆਪਣੀ ਬੱਚੀ ਨੂੰ ਕਾਲਜੇ ਨਾਲ ਲਾ ਲਿਆ ਤੇ ਕਿਹਾ ਮੈਂ ਜੋ ਫੈਸਲਾ ਕਰਦਾ ਰਿਹਾ ਮੇਰੀਆਂ ਦੋ ਬੇਟੀਆਂ ਉਸ ਤੇ ਫੁੱਲ ਚੜਾਉਂਦੀਆਂ ਨਹੀਂ ਹਨ ਮੈਂ ਤੇਰੀ ਮਾਂ ਨਾਲ ਸਾਰੀ ਗੱਲ ਕਰਾਂਗਾ ਤੁਸੀਂ ਤਿੰਨੇ ਮਾਵਾਂ ਧੀਾਂ ਠੰਡੇ ਦਿਲ ਨਾਲ ਫੈਸਲਾ ਕਰ ਲੈਣਾ ਹਰ ਬੰਦਾ ਆਪਣੇ ਵੱਲੋਂ ਠੀਕ ਫੈਸਲਾ ਕਰਦਾ ਹੈ ਪਰ ਹੁੰਦਾ ਉਹ ਹੈ ਜੋ ਰੱਬ ਨੂੰ ਪਰਵਾਨ ਹੋਵੇ ਕੁਝ ਹਫ਼ਤੇ ਪਿਛੋਂ ਮਾਂ ਨੇ ਵੱਡੀ ਧੀ ਨੂੰ ਸਲਾਹ ਕਰਨ ਲਈ ਸੱਦ ਲਿਆ ਰਾਤ ਨੂੰ ਮਾਂ ਨੇ ਦੱਸਿਆ ਰਾਜੇਵਾਲ ਦੇ ਸ਼ਾਹੂਕਾਰ ਵੱਲੋਂ ਨੈਣਰਾਇ ਪਹਿਲਾਂ ਬੜੇ ਸੁਨਿਆਹਾ ਤੇ ਫਿਰ ਆਪ ਵੀ ਆ ਕੇ ਤੁਹਾਡੇ ਪਿਤਾ ਜੀ ਨੂੰ ਮਿਲ ਗਿਆ ਸ਼ਾਹੂਕਾਰ ਨੂੰ ਸਾਰਾ ਬਾਰਾ ਜਾਣਦਾ ਹੈ ਬੜੇ ਪੁੰਨਦਾਨ ਕਰਦਾ ਹੈ ਗਰੀਬਾਂ ਦੀ ਬੰਫੜਦਾ ਹੈ ਦੂਜੇ ਤੀਜੇ ਸਾਲ ਪਿਛੋਂ ਤੀਰਥਾਂ ਦੇ ਇਸ਼ਨਾਨ ਕਰਕੇ ਘਰ ਆਉਂਦਾ ਹੈ। ਉਹਨੇ ਇੱਕ ਤਲਾਬ ਬਣਾਇਆ ਪਿੰਡੋਂ ਦੂਰ ਬਾਰ-ਬਾਰ ਇੱਕ ਖੂਹ ਹੈ। ਉਸ ਉੱਪਰ ਬੈਠ ਕੇ ਇੱਕ ਸਾਧੂ ਲੋਕਾਂ ਨੂੰ ਪਾਣੀ ਪਿਲਾਉਂਦਾ ਹੈ। ਦੋਵੇਂ ਵੇਲੇ ਸ਼ਾਹ ਦੇ ਘਰੋਂ ਰੋਟੀ ਪਾਣੀ ਜਾਂਦਾ ਹੈ। ਸੋਣ ਚੰਗੀ ਸਿਹਤ ਹੈ ਸਾਰੇ ਪਿੰਡ 'ਚ ਸਤਕਾਰਯੋਗ ਹੈ। ਜਿਸ ਜਿਸ ਆਦਮੀ ਕੋਲੋਂ ਪਤਾ ਕੀਤਾ ਹੈ ਹਰ ਇੱਕ ਨੇ ਉਹਦੀ ਤਾਰੀਫ ਹੀ ਕੀਤੀ ਹੈ। ਵੱਡੀ ਧੀ ਬੋਲੀ ਪਹਿਲਾਂ ਤੁਸੀਂ ਦੱਸੋ ਉਸ ਉਸ ਸੰਬੰਧੀ ਤੁਹਾਡੀ ਕੀ ਰਾਏ ਹੈ? ਮੈਂ ਮਾਣਿਆ ਤੁਹਾਡੇ ਪਿਤਾ ਸਾ ਦੇ ਹੱਕཅਨ ਉੰਜ ਤੁਹਾਡਾ ਬਾਪ ਕਦੇ ਕਾਲੀ ਚ ਕੋਈ رائے ਨਹੀਂ ਬਣਾਉਂਦਾ ਇਸ ਕਰਕੇ ਮੈਨੂੰ ਉਹਨਾਂ ਉੱਤੇ ਪੂਰਾ ਭਰੋਸਾ ਹੈ ਉਹਨਾਂ ਨੇ ਆਪਣੀ ਲਾਡਲੀ ਦਾ ਜੀਵਨ ਸਾਥੀ ਚੁਣਨਾ ਹੈ ਮੌਤ ਨਾਲ ਕਿਸੇ ਦਾ ਜ਼ੋਰ ਨਹੀਂ ਕੁਦਰਤ ਇੱਕ ਪਲ ਸੇਟਾ ਮਾਰ ਮਨੁੱਖ ਨੂੰ ਮੂਰਖ ਬਣਾ ਦਿੰਦੀ ਹੈ ਪਹਿਲਾਂ ਵਾਰ ਉਹਨਾਂ ਨੇ ਕਿੰਨਾ ਖੂਬਸੂਰਤ ਚੁਣਿਆ ਸੀ ਹੁਣ ਵੀ ਸ਼ਾ ਉਹਨਾਂ ਦੀ ਹੀ ਚੋਣ ਹੈ ਤੁਹਾਡੇ ਪਿਤਾ ਜੀ ਨੇ ਸ਼ਾ ਨੂੰ ਇਹ ਵੀ ਮਨਾ ਲਿਆ ਹੈ ਕਿ ਜਦੋਂ ਮਹਿਤਾਬ ਦਾ ਦਿਲ ਕਰਿਆ ਕਰੇਗਾ ਉਹ ਆਪਣੇ ਪੇਕੇ ਆ ਕੇ ਰਹਿ ਲਿਆ ਕਰੇ ਵੱਡੀ ਧੀ ਬੋਲੀ ਆਦਮੀ ਤੇ ਬੜੇ ਖਚਰੇ ਹੁੰਦੇ ਹਨ ਆਪਣੀ ਲੋੜ ਵੇਲੇ ਕਮਾਨ ਵਾਂਗ ਝੁਕ ਜਾਂਦੇ ਹੈ ਜਦੋਂ ਗੌਂ ਨਿਕਲ ਜਾਏ ਫਿਰ ਉਹ ਕਮਾਨ ਦੀ ਥਾਂ ਧੀਰ ਵਾਂਗ ਆਕੜ ਕੇ ਸਿੱਧੇ ਹੋ ਜਾਂਦੇ ਹੈ ਮਾਂ ਬੋਲੀ ਤੁਹਾਡੇ ਪਿਤਾ ਜੀ ਇੰਨੇ ਭੋਲੇ ਨਹੀਂ ਕਿ ਉਹਨਾਂ ਨੂੰ ਕੋਈ ਧੋਖਾ ਦੇ ਸਕੇ ਤੇਰੇ ਪਿਤਾ ਜੀ ਨੇ ਤਾਂ ਸ਼ਾ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਆਪਣੇ ਘਰ ਦੀਆਂ ਚਾਬੀਆਂ ਘਰ ਰੱਖ ਜਾਇਆ ਕਰਨੀਆਂ ਤਾਂ ਕਿ ਜਦੋਂ ਮਹਿਤਾਬ ਦਾ ਦਿਲ ਕਰੇ ਉਹ ਆਪਣੇ ਪੇਕੇ ਘਰ ਆ ਜਾਏ ਵੱਡੀ ਧੀ ਬੋਲੀ ਜਿਹੜਾ ਆਪਣੇ ਘਰ ਦੇ ਲਈ ਇਹ ਸਭ ਕੁਝ ਕਰ ਰਿਹਾ ਹੈ ਕਿ ਉਹ ਮਹਿਤਾਬ ਨੂੰ ਪੇਕੇ ਆਉਣ ਦੀ ਇੰਨੀ ਖੁੱਲ੍ਹ ਦੇਵੇਗਾ ਮੈਂ ਵੀ ਤਰਲੇ ਤੇ ਹਾੜੇ ਕਰਕੇ ਇੱਕ ਦਿਨ ਦੀ ਛੁੱਟੀ ਲੈ ਕੇ ਆਈਆਂ ਮਹਿਤਾਬ ਬੋਲੀ ਸਾਰੇ ਆਦਮੀ ਇੱਕੋ ਜਿਹੇ ਨਹੀਂ ਹੁੰਦੇ ਜੀਜਾ ਜੀ ਬਹੁਤ ਕਰੜੇ ਹੈ ਵੱਡੀ ਧੀ ਤੇ ਮਹਿਤਾਬ ਦੀ ਮਾਂ ਦੋਵੇਂ ਖਿੜਖੜਾ ਕੇ ਹੱਸ ਪਈਆਂ ਮਹਿਤਾਬ ਬੋਲੀ ਕੀ ਗੱਲ ਹੈ ਇਹ ਗੱਲ ਦੱਸਣ ਵਾਲੀ ਨਹੀਂ ਆਪਣੀ ਦਿਲ ਤੋਂ ਪੁੱਛਣ ਵਾਲੀ ਹੈ ਮਹਿਤਾਬ ਸਮਝ ਗਈ ਕਿ ਨਾ ਮੇਰੇ ਵਾਕ ਨੂੰ ਮੇਰੀ ਮਰਜ਼ੀ ਮੰਨ ਲਿਆ। ਮੈਨੂੰ ਪਿਤਾ ਜੀ ਨੇ ਕਰਮਾਂ ਦੀ ਖੇਡ ਸਮਝਾ ਦਿੱਤੀ ਹੈ। ਉਹਨਾਂ ਨੇ ਜਪਜੀ ਸਾਹਿਬ ਯਾਦ ਕਰਵਾ ਕੇ ਜੀਵਨ ਦੇ ਦੋਵੇਂ ਪੱਖ ਸਮਝਾ ਦਿੱਤੇ ਹੈ। ਹਰ ਇੱਕ ਬੰਦਾ ਕਰਮਾਂ ਕਰਕੇ ਰੱਬ ਦੇ ਨੇੜੇ ਜਾਂਦਾ ਹੈ ਜਾਂ ਦੂਰ ਜੁਨਾਂ ਵਿੱਚ ਚੱਕਰ ਲਾਉਂਦਾ ਹੈ। ਪਹਿਲਾਂ ਵੀ ਮੇਰੇ ਬਾਪ ਨੇ ਆਪਣੇ ਵੱਲੋਂ ਸਭ ਕੁਝ ਚੰਗਾ ਕੀਤਾ ਸੀ। ਹੁਣ ਵੀ ਚੰਗਾ ਹੀ ਕਰਨਗੇ। ਜਿਹਦਾ ਪੱਲਾ ਫੜਾਉਣਗੇ ਖੁਸ਼ੀ ਨਾਲ ਫੜ ਕੇ ਦੂਜੀ ਵਾਰ ਚਾਰਲਾਵਾ ਲੈ ਲਾਂਗੇ। ਇਸ ਸਭ ਕੁਝ ਮੈਂ ਆਪਣੇ ਲਈ ਨਹੀਂ ਕਰਨਾ ਪਿਤਾ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਉਹਨਾਂ ਦੇ ਫਰਜ਼ਾਂ ਦਾ ਭਾਰ ਹਲਕਾ ਕਰਨਾ ਹੈ ਪਿਤਾ ਜੀ ਨੇ ਕਿਹਾ ਮਹਿਤਾਬ ਵਿਧਵਾ ਦੇ ਰੂਪ ਚ ਸਮਾਜ ਤੈਨੂੰ ਕਲਛਣੀ ਤੇ ਮਨਹੂਸ ਦੇ ਰੂਪ ਚ ਵੇਖੇਗਾ ਤੂੰ ਕਿਸੇ ਸਮਾਗਮ ਚ ਸ਼ਾਮਲ ਨਹੀਂ ਹੋ ਸਕਦੀ ਕਿਸੇ ਦੇ ਮੱਥੇ ਨਹੀਂ ਲੱਗ ਸਕੇਂਗੀ ਦੂਜੇ ਪਾਸੇ ਤੂੰ ਦੁਹਾਜੂ ਨਾਲ ਸੌਕਣ ਬਣੇਂਗੀ ਪਹਿਲੀ ਬਾਲ ਬੱਚੇਦਾਰ ਹੈ ਉਹਦਾ ਦਰਜਾ ਉੱਚਾ ਹੈ ਤੈਨੂੰ ਬਰਾਦਰੀ ਦੇ ਤਾਣੇ ਵੀ ਸਹਣੇ ਪੈਣਗੇ ਇੱਕ ਗੱਲ ਤੇਰੇ ਹੱਕ ਚ ਹੈ ਪਰਮਾਤਮਾ ਤੈਨੂੰ ਐਸਾ ਬੱਚਾ ਦੇਵੇ ਜਿਹੜਾ ਤੇਰਾ ਨਾਮ ਦੁਨੀਆ 'ਚ ਉਜਾਗਰ ਕਰਦਾ ਏ ਮੈਂ ਇੱਕ ਧਰਮੀ ਦੇ ਹੱਥ ਤੇਰਾ ਪੱਲਾ ਫੜਾਉਣ ਲਈ ਤਿਆਰ ਹੋ ਗਿਆ ਹਾਂ ਮਹਿਤਾਬ ਤੂੰ ਧਰਤੀ ਦੀ ਬੇਟੀ ਬਣ ਸਾਰੀਆਂ ਆਗਨ ਪ੍ਰੀਖਿਆਵਾਂ ਵਿੱਚੋਂ ਪਾਰ ਹੋ ਜਾਏਂਗੀ ਪਿਤਾ ਜੀ ਤੁਸੀਂ ਆਪਣੀ ਵਿਧਵਾ ਧੀ ਨੂੰ ਘਰ ਰੱਖਣ ਲਈ ਸਮਾਜ ਨਾਲ ਲੜ ਨਹੀਂ ਸਕੇ ਤੁਸੀਂ ਸਾਰੇ ਕਹਿੰਦੇ ਸੀ ਮਹਿਤਾਬ ਮਰਦਾਂ ਵਾਂਗ ਕੰਮ ਕਰਦੀ ਏ ਮੈਂ ਤੁਹਾਡੇ ਕੋਲ ਮਰਦਾਂ ਵਾਂਗ ਰਹਿ ਸਕਦੀ ਸਾਂ ਪੁਤਰੀ ਤੂੰ ਠੀਕ ਆਖਦੀ ਏ ਪਰ ਸੰਜੋਗ ਤੇ ਵਿਜੋਗ ਸਾਰੇ ਸੰਸਾਰ ਦੀ ਕਾਰ ਚਲਾ ਰਹੇ ਹਨ ਕਿਧਰੇ ਟੁੱਟਣਾ ਹੈ ਕਿਧਰੇ ਜੁੜਨਾ ਹੈ ਇਹ ਸਭ ਦੀ ਹੋਣੀ ਹੈ ਅਸੀਂ ਇਹਦਾ ਉਲੰਘਣ ਨਹੀਂ ਬਣ ਸਕਦੇ ਧੰਨਵਾਦ